ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਕੇ ਕਰੋੜਾਂ ਰੁਪਏ ਬਣਾਏ ਹਨ। ਤੁਸੀਂ ਵੀ ਹਰ ਮਹੀਨੇ 1000 ਤੋਂ 5000 ਰੁਪਏ ਇਨਵੈਸਟ ਕਰਕੇ ਕਰੋੜਪਤੀ ਬਣ ਸਕਦੇ ਹੋ। ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਸਭ ਤੋਂ ਵਧੀਆ ਮਿਡ ਕੈਪ ਅਤੇ ਸਮਾਲ ਕੈਪ ਮਿਊਚੁਅਲ ਫੰਡਸ ਕਿਹੜੇ ਹਨ, ਇਹਨਾਂ ਨੇ ਕਿੰਨਾ ਰਿਟਰਨ ਦਿੱਤਾ ਅਤੇ ਤੁਸੀਂ ਕਿਸੇ ਵਿੱਚ ਇਨਵੈਸਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਨ ਮਿਡ ਕੈਪ ਫੰਡਸ ਦੀ। ਮਿਡ ਕੈਪ ਸਟਾਕਸ ਵਿੱਚ ਇਨਵੈਸਟ ਕਰਨ ਲਈ ਦੋ ਸਭ ਤੋਂ ਵਧੀਆ ਮਿਊਚੁਅਲ ਫੰਡਸ ਹਨ, ਕੁਆਡ ਮਿਡ ਕੈਪ ਫੰਡ ਅਤੇ ਮੋਤੀਲਾਲ ਓਸਵਾਲ ਮਿਡ ਕੈਪ ਫੰਡ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਿਟਰਨ ਦਿੱਤੇ ਹਨ। ਤੁਸੀਂ ਦੇਖ ਸਕਦੇ ਹੋ ਕੁਆਡ ਮਿਡ ਕੈਪ ਫੰਡ ਨੇ ਪਿਛਲੇ 5 ਸਾਲ ਵਿੱਚ 26.85% ਰਿਟਰਨ ਦਿੱਤੇ ਹਨ ਅਤੇ ਮੋਤੀਲਾਲ ਓਸਵਾਲ ਨੇ 24.28% ਰਿਟਰਨ ਦਿੱਤਾ ਹੈ। ਲਾਰਜ ਕੈਪ ਮਿਊਚੁਅਲ ਫੰਡਸ ਵਿੱਚ ਇਨਵੈਸਟ ਕਰਨ ਵੇਲੇ ਸਾਡਾ ਗੋਲ ਹੁੰਦਾ ਹੈ ਕਿ ਅਸੀਂ ਜ਼ਿਆਦਾ ਰਿਸਕ ਨਹੀਂ ਲੈਣਾ ਅਤੇ ਇੰਡੈਕਸ ਨੂੰ ਬੀਟ ਕਰਨਾ ਹੈ, ਪਰ ਮਿਡ ਕੈਪ ਫੰਡਸ ਵਿੱਚ ਇਨਵੈਸਟ ਕਰਨ ਵੇਲੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਰਿਸਕ ਵੀ ਲੈਣਾ ਹੈ ਅਤੇ ਸਾਨੂੰ ਰਿਟਰਨ ਵੀ ਜ਼ਿਆਦਾ ਚਾਹੀਦਾ ਹੈ। ਇਹਨਾਂ ਦੋਵਾਂ ਫੰਡਸ ਦੇ 5 ਸਾਲ ਦੇ ਰੋਲਿੰਗ ਰਿਟਰਨਸ ਤੇ ਫੋਕਸ ਕਰੀਏ ਤਾਂ ਤੁਸੀਂ ਦੇਖੋਗੇ ਕਿ ਮੋਤੀਲਾਲ ਓਸਵਾਲ ਨੇ ਕੁਆਡ ਮਿਡ ਕੈਪ ਨਾਲੋਂ ਘੱਟ ਰਿਟਰਨ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੇ ਰਿਸਕ ਤੇ ਵੀ ਨਜ਼ਰ ਮਾਰਨਾ ਜ਼ਰੂਰੀ ਹੈ। ਮੋਤੀਲਾਲ ਓਸਵਾਲ ਦਾ ਬੀਟਾ ਹੈ 0.8 ਅਤੇ ਕੁਆਡ ਦਾ ਹੈ 1.01। ਜਿੰਨਾ ਜ਼ਿਆਦਾ ਬੀਟਾ ਓਨਾ ਜ਼ਿਆਦਾ ਰਿਸਕ, ਪਰ ਅਲਫਾ ਦੇਖਿਆ ਜਾਵੇ ਤਾਂ ਦੋਵਾਂ ਦਾ ਸੇਮ ਹੈ, ਯਾਨੀ ਰਿਸਕ ਨੂੰ ਐਡਜਸਟ ਕਰਕੇ ਉਸ ਉੱਤੇ ਰਿਟਰਨ ਜਨਰੇਟ ਕਰਨ ਦੀ ਐਬਿਲਿਟੀ ਦੇ ਮਾਮਲੇ ਵਿੱਚ ਦੋਵੇਂ ਇਕੁਅਲ ਹਨ। ਹੁਣ ਜਾਣਦੇ ਹਾਂ ਸਭ ਤੋਂ ਵਧੀਆ ਸਮਾਲ ਕੈਪ ਫੰਡਸ ਬਾਰੇ। ਸਮਾਲ ਕੈਪ ਮਿਊਚੁਅਲ ਫੰਡਸ ਵਿੱਚ ਇਨਵੈਸਟ ਕਰਨ ਦਾ ਮਤਲਬ ਅਸੀਂ ਰਿਸਕ ਵੀ ਬਹੁਤ ਜ਼ਿਆਦਾ ਲੈ ਰਹੇ ਹਾਂ ਅਤੇ ਸਾਨੂੰ ਰਿਟਰਨ ਵੀ ਬਹੁਤ ਜ਼ਿਆਦਾ ਚਾਹੀਦਾ ਹੈ। ਬਿਲਕੁਲ ਸਾਫ਼। ਇਸ ਵਿੱਚ ਦੋ ਬੈਸਟ ਫੰਡਸ ਹਨ, ਨਿਪੋਨ ਇੰਡੀਆ ਸਮਾਲ ਕੈਪ ਫੰਡ ਅਤੇ ਕੁਆਂਟ ਸਮਾਲ ਕੈਪ ਫੰਡ। ਨਿਪੋਨ ਇੰਡੀਆ ਦੀ ਵੈਲਿਊ ਰਿਸਰਚ ਰੇਟਿੰਗ 5 ਹੈ ਅਤੇ ਕੁਆਂਟ ਦੀ 3 ਹੈ। ਰੋਲਿੰਗ ਰਿਟਰਨ ਤੇ ਫੋਕਸ ਕਰੀਏ ਤਾਂ 5 ਸਾਲ ਵਿੱਚ ਐਵਰੇਜ, ਮੈਕਸੀਮਮ ਅਤੇ ਮਿਨੀਮਮ ਰਿਟਰਨ ਤੇ ਹਰ ਜਗ੍ਹਾ ਆਪਣੇ ਕੰਪੀਟੀਟਰ ਅਤੇ ਨਿਫਟੀ 500 ਨੂੰ ਬੀਟ ਕੀਤਾ ਹੈ। ਇਸ ਦੇ ਨਾਲ ਹੀ 100 ਵਿੱਚੋਂ 100 ਵਾਰ 30% ਤੋਂ ਉੱਤੇ ਰਿਟਰਨ ਦੇਣ ਵਿੱਚ ਨਿਪੋਨ ਇੰਡੀਆ ਕਾਮਯਾਬ ਰਿਹਾ ਹੈ। ਰਿਸਕ ਦੀ ਗੱਲ ਕੀਤੀ ਜਾਵੇ ਤਾਂ ਕੁਆਂਟ ਦਾ ਬੀਟਾ ਨਿਪੋਨ ਨਾਲੋਂ ਜ਼ਿਆਦਾ ਹੈ, ਪਰ ਐਲਫਾ ਕੁਆਂਟ ਦਾ 11.52% ਹੋਣ ਕਰਕੇ ਇਸ ਨੇ ਰਿਸਕ ਬਹੁਤ ਵਧੀਆ ਐਡਜਸਟ ਕੀਤਾ ਹੈ। ਇਹ ਸਨ ਸਭ ਤੋਂ ਵਧੀਆ ਮਿਊਚੁਅਲ ਫੰਡਸ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਿਟਰਨ ਦਿੱਤਾ। ਤੁਸੀਂ ਬੈਸਟ ਮਿਊਚੁਅਲ ਫੰਡਸ ਕਿਵੇਂ ਚੁਣ ਸਕਦੇ ਹੋ, ਇਸ ਬਾਰੇ ਜਾਣਨ ਲਈ ਇਹ ਵੀਡੀਓ ਵੀ ਜ਼ਰੂਰ ਦੇਖਣਾ।